सब एवरीवन वेलकम बैक टू अ न्यू व्लॉग। सो जी रात के 7:30 हो रहे हैं और हम लोग अभी निकल रहे हैं डी मार्ट के लिए। मम्मी और डैडी के साथ फर्स्ट टाइम, मम्मी पहली बार जाएंगी डी मार्ट है। मम्मी ने वास्ते सुन चाहिए मतलब हुंदा डी मार्ट किधरों सामान लेंदे रहंदे आ। देख लिया तो देखा किथे वीडियो च देखिया मतलब तुसी आप तां नाल गई सी जीरकपुर कदों गए हो? मैं नाल गई हां उत्थे सामान लेने जदों हम लेके आए आप ਮਿਡਲ ਕਲਾਸ ਲੋਕਾਂ ਦਾ ਮੌਲ ਮਤਲਬ ਮੌਲ ਤਾਂ ਉਦਾਂ ਹਾਈ ਫਾਈ ਹੁੰਦੇ ਆ, ਇਹ ਆਪਣੇ ਮਿਡਲ ਕਲਾਸ ਲੋਕਾਂ ਦਾ ਮੌਲ ਹੈ। ਬੇਦੀ ਸਾਹਿਬ ਤਾਂ ਕੁਛ ਨੀ ਲੈਣ ਜਾਣਗੇ, ਉਹ ਤਾਂ ਸਾਨੂੰ ਬਸ ਕੰਪਨੀ ਦੇ ਰਹੇ ਨੇ। ਚਲੋ ਮੰਮੀ ਅੱਛਾ ਵੀ ਡਾਇਪਰ ਚੇਂਜ ਕਰਨਾ ਮਨੀਰ ਇੱਧਰ ਇੱਧਰ ਮਨੀਰ 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 ਇੱਧਰ ਮੰਮੀ ਸਾਰਾ ਤੁਰ ਕੇ ਆਈ ਆ ਉੱਥੋਂ ਹਾਲ ਚੋਂ। ਹੁਣ ਤਾਂ ਕੋਨਫੀਡੈਂਸ ਆ ਗਿਆ ਤੁਰਨ ਦਾ। ਪਿੱਛੇ ਚੱਲ ਪਿੱਛੇ ਪਿੱਛੇ ਚੱਲ ਪਿੱਛੇ ਚੱਲ ਪਿੱਛੇ ਆ ਜਾ ਮਨੀਰ ਆ ਜਾ ਇੱਧਰ ਇੱਧਰ ਮਨੀਰ ਮਨੀਰ ਇੱਧਰ ਆ ਜਾ ਆ ਜਾ ਡੈਡੀ ਹਟ ਜਾ ਪਾਸੇ ਨੇ ਰੂਮ ਚ ਜਾਣਾ ਹਾਂ ਚਲੋ ਮੈਂ ਤਾਂ ਗੋਦੀ ਚੱਕ ਲੂ। ਸੋ ਜੀ ਫਾਈਨਲੀ ਵੀ ਹੈਵ ਰੀਚਡ ਡੀ ਮਾਰਟ ਔਰ ਇਹ ਮੇਰੇ ਕੋ ਜ਼ੀਰਕਪੁਰ ਵਾਲੇ ਸੇ ਤੋ ਕਾਫੀ ਜ਼ਿਆਦਾ ਬੜਾ ਲੱਗ ਰਿਹਾ। ਔਰ ਇਹ ਉੱਪਰ ਜਾਣਾ ਪੜਦਾ ਹੈ ਕਿ ਬੇਸਮੈਂਟ ਮੇਂ ਕੁਛ ਨਹੀਂ ਇਧਰ? ਇਹ ਬੇਸਮੈਂਟ ਵੀ ਖਾਲੀ ਦਿਖ ਰਿਹਾ। ਅੱਛਾ ਪਾਰਕਿੰਗ ਹੈ ਨੀਚੇ ਅੰਡਰਗਰਾਉਂਡ ਭਾਈ, ਇਹ ਤਾਂ ਜ਼ਿਆਦਾ ਬੜਾ ਹਮਾਰੇ ਤੋਂ ਬਾਹਰ ਹੀ ਹੈ। ਓਏ ਗੁੱਡ ਮਾਰਨਿੰਗ, ਚਲੋ ਤੁਸੀਂ ਮੰਮੀ ਆ ਵੀ ਫੜ ਲਓ। ਉਹ ਲੌਕ ਲੱਗਿਆ ਹੁੰਦਾ ਸੀ ਹੁਣ, ਐਕਚੁਅਲੀ ਕਿਸੇ ਨੇ ਸਕੂਟੀ ਲਾਤੀ, ਰੇਹੜੀ ਲੈਣੀ ਆ। ਚਲੋ ਡੈਡੀ ਇਧਰੋਂ ਅੰਦਰੋਂ ਨੀ ਇਧਰੋਂ ਲੈ ਕੇ, ਹਾਂ ਉਧਰ ਪਈਆਂ ਨੇ ਮੂਰੇ ਕਿਤੋਂ ਐਂਟਰੀ ਕਾਫੀ ਅੱਗੇ ਜਾ ਕੇ ਬਾਈ ਤਾਂ ਬਹੁਤ ਬੜਾ ਹੈ, ਨੀਚੇ ਬੜੀ ਬਹੁਤ ਜ਼ਿਆਦਾ ਪਾਰਕਿੰਗ ਹੈ। ਇਹ ਤਾਂ ਖਾਸਾ ਜ਼ਿਆਦਾ ਵੱਡਾ, ਸਾਡਾ ਵਾਲੇ ਤਾਂ ਇੰਨਾ ਹੈ ਨੀ। ਆ ਜਾਣ ਦੋ ਜੀਜੇ ਨੂੰ ਵੀ, ਮੰਮੀ ਰੁਕ ਜਾ ਤੁਸੀਂ, ਚੱਲੋ ਮੈਂ ਉਹਨਾਂ ਨਾਲ ਲੈ ਕੇ ਚੱਲ ਸੋਣੀ ਤੂੰ। ਚਲੋ ਸ਼ੁਰੂ ਕਰੀ ਖਾਣਾ, ਹਮਾਰੇ ਖਾ ਲੈਣੇ ਤੁਰਦੋ ਤੁਰਦੋ, ਫਿਰ ਉਹ ਕਰਾਉਣੇ ਹੋਣੇ ਬਿਲ ਤਾਂ ਚਲੋ ਆਈਦਾ।
ਡੀ ਮਾਰਟ ਮੈਂ ਡੇਵਿਡ ਆਫ ਕਾਫੀ ਵੀ ਆ ਗਏ, ਮੈਂ ਪਹਿਲੀ ਵਾਰੀ ਦੇਖੀ ਹੈ। ਚਲੋ ਚਲੋ ਬੈਠ ਜੇ, ਕੀ ਲੈ ਰਿਹਾ? ਗ੍ਰੀਨ ਟੀ। ਕਿੱਧਰ ਗਿਆ ਮੰਮੀ? ਕਿੱਧਰ ਗਈ? ਸੈਂਡਲ ਵਗੈਰਾ ਤਾਂ ਹੈਗਾ, ਸ਼ੂਜ ਦੇਖਣੇ ਜਿਹੜੇ ਪਿੱਛੋਂ ਬੰਦ ਹੋ ਜਾਣ। ਇਹੋ ਜਿਹੇ ਤਾਂ ਨੀ ਕਹਿ ਰਹੇ, ਪਤਾ ਨੀ ਫਿਰ ਕਿਆ ਚੀਜ਼ ਹੁੰਦੇ ਆ। ਕੁਛ ਪਸੰਦ ਆਇਆ ਹੈ ਮੰਮੀ? ਕੁਛ ਪਸੰਦ ਆਇਆ? ਬਲੈਂਕਟਸ, ਬੈੱਡ ਸ਼ੀਟਸ। ਇੱਧਰ ਇੱਕ ਵਾਰੀ ਮਨਹੀਰ ਕਿਰੇ ਟੋਇਸ ਵਗੈਰਾ ਦੇਖਦੇ। ਇੱਧਰ ਹੈ ਡਾਕਟਰ, ਆ ਦੇਖਣਾ ਸੁਣੀ ਐਸਾ ਕੁਛ ਸਟੱਡੀ ਹੈ ਨਾ ਉਸਕੇ ਪਾਸ? ਇੱਧਰ ਇੱਕ ਮਿੰਟ, ਪੂਰੇ ਚੱਕਰ ਦਾ ਮਾਰ ਲਓ ਇੱਧਰ ਆ ਕੇ। ਓਟਸ ਪਾਊਡਰ ਵਗੈਰਾ? ਨਹੀਂ ਓਟ ਤੋਂ ਨਹੀਂ, ਮਤਲਬ ਜੂਸਿਸ ਵਗੈਰਾ ਹੋ ਜਾਏਗਾ ਐਸੇ ਕਰਕੇ, ਵੀ ਚਾਰਜ ਕਰਕੇ ਮਤਲਬ ਉਹ ਹੈ ਯੂਜ ਕਰਨੇ ਵਾਲਾ। ਇਹ ਹੈ ਜੇ ਤੁਮ ਟਰੈਵਲ ਕਰਦੇ ਹੋ ਤੁਹਾਡੇ ਲਈ ਆਸਾਨ ਹੈ ਨਾ, ਅਗਰ ਕੁਛ ਉਸਕੋ ਪੀਸ ਪੂਸ ਕੇ ਖਿਲਾਣਾ ਹੈ ਚਮਚੇ ਸੇ ਪੋਸ ਕੇ ਲਿਆ ਜਾਏ। ਹਾਂ ਜਿਵੇਂ ਪੀਸ ਕੇ, ਚੌਪਰ ਹੈ ਨਾ ਇਹ, ਹਨਾ? ਚੌਪਰ ਨਹੀਂ ਹੈ ਇਹ, ਗ੍ਰੈਂਡ ਉਹ ਹੈ ਬਲੈਂਡਰ, ਉਹ ਤਾਂ ਕਿਸੇ ਹੋਰ ਕਹੇ, ਉਹ ਤਾਂ ਫਟ ਗਿਆ। ਹਾਂ ਯਹਾਂ ਪੇ ਇੱਥੇ ਨਾ ਮੰਮੀ, ਐਕਚੁਅਲੀ ਜੀਰਕਪੁਰ ਤੋਂ ਵੀ ਜ਼ਿਆਦਾ ਨਾ ਉਹ ਨੇ 100-100 ਰੁਪਏ ਦੇ ਵੀ ਨੇ, ਨੋਰਮਲ ਜੀ 100-100 ਰੁਪਏ ਦੇ। ਆਇਆ ਕੁਛ ਪਸੰਦ? ਬਸ ਟਾਈਮ ਪਾਸ ਹੀ ਕਰ ਰਿਹਾ, ਪਤਾ ਲੈਣਾ ਤਾਂ ਕੁਛ ਹੈ ਨਹੀਂ ਹੈ ਨਾ, ਮੇਰਾ ਹੀ ਸੀਗਾ। ਮੈਂ ਤਾਂ ਡਰਾਈ ਫਰੂਟ ਦੇਖ ਲਿਆ, ਹਾਂ ਦੇਖ ਲਿਆ ਤੇਰੇ ਨੂੰ, ਆਪਣਾ ਤਾਂ ਤੇਰਾ ਉਹ, ਮੈਂ ਦੋ ਚਾਦਰਾਂ ਨੇ ਬਸ, ਹੋਈ ਨਾ ਬੈੱਡ ਸ਼ੀਟ ਹੀ ਆ। ਚਲੀਏ ਫਿਰ ਬਸ, ਰੱਖਣ ਨੂੰ ਐਂ ਖੋਲਦਾ। ਸੋਨੀ ਇਹਦਾ ਇਹਦਾ ਇੱਕ ਪੈਰ ਇੱਧਰ ਹੋਣਾ, ਇੱਕ ਪਤਾ ਨੀ ਕਿੱਧਰਲੇ ਪਾਸੇ ਹੋਣਾ, ਰਹਿਣ ਦੋ ਹੁਣ। ਚਲੋ ਇਰੀਟੇਟ ਹੋਣ ਲੱਗ ਗਈ ਮਨਹੀਰ, ਮਨਹੀਰਾ ਮਨਹੀਰਾ
हम लोग फिर से नीचे जा रहे हैं क्योंकि हमने नीचे का देखा ही नहीं था अभी ढंग से सारा सामान, बाहर का तो ऊपर का तो हो गया ना सारा। चलो दाड़ी आ जाओ थले, कुछ रह गया थोड़ा की शॉपिंग ऑलमोस्ट हो गई है। घर वाले एक्चुअली थक गए थे मम्मी डैडी, इसलिए मैं चाबी लेके पहले आ गया, बैठ जाएंगे, स्टार्ट कर दा है ना। और बहन हाँ पानी लेके आया बहन, और फिर निकलते हैं, सारा सामान वगैरह डाल के यार स्टार्ट करना छुट्टी है तो ये भी बोल जाता हूँ यार। ये क्या हो गया पता नहीं यार, धक्की में गेट तो नहीं बंद करना पड़ा ताही स्टार्ट हो गया। नहीं नहीं गेयर च नहीं हैगी मम्मी, चक्कर है स्टार्ट तो पता नहीं है। कोड 91 दिखाई जा रहा है। हां जी मैंने तो कोई खास नहीं लगे, क्यों कोई रेट उधर कोई नहीं जा रहा है।